इन्ने खतरनाक चेहरे कुड़ियां पै गई। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੋਰਨਿੰਗ। ਅੱਜ ਅਸੀਂ ਜਾ ਰਹੇ ਹਾਂ ਲੁਧਿਆਣੇ, ਮੈਂ ਅਤੇ ਮੇਰੇ ਦੋਸਤ ਜਾ ਰਹੇ ਨੇ ਲੁਧਿਆਣੇ। ਮੈਂ ਜਾ ਰਿਹਾ ਵਾਇਆ ਕਾਰ, ਮੇਰੇ ਭਾਅ ਜੀ ਹੈਗੇ ਨੇ ਉਹਨਾਂ ਦੀ ਉੱਥੇ ਜੋਬ ਹੈਗੀ ਹੈ ਅਤੇ ਉਹਨਾਂ ਨੇ ਵੀ ਜਾਣਾ ਸੀ ਅਤੇ ਮੈਂ ਵੀ ਚੱਲ ਜਾਣਾ ਤੁਹਾਡੇ ਨਾਲ ਹੀ। ਆਉਂਦੇ ਬਾਕੀ ਬੱਸੇ ਆਵਾਂਗੇ ਅਤੇ ਚੱਲਦੇ ਹਾਂ, ਤੁਹਾਨੂੰ ਫਿਰ ਮਿਲਵਾਉਂਦੇ, ਹੋਰ ਵੀ ਆਪਣੇ ਦੋਸਤਾਂ ਨਾਲ ਮਿਲਾਵਾਂਗੇ ਤੁਹਾਨੂੰ। ਇੱਕ ਤਾਂ ਜਲੰਧਰ ਤੋਂ ਹੋਏਗਾ, ਬਾਕੀ ਤੁਹਾਨੂੰ ਪਠਾਨਕੋਟ ਤੋਂ ਆਉਣਗੇ। ਦੋ ਪਾਰਟ ਡਿਵਾਈਡ ਕਰਾਂਗੇ। ਪਹਿਲਾ ਪਾਰਟ ਹੋਏਗਾ ਸਿੱਧੀ, ਸਿਰਫ ਇੱਕ ਇੰਟਰ ਹੋਏਗੀ, ਪੀਐਚਯੂ ਦੀ ਲਾਈਫ ਸਾਰਾ ਕੁਝ ਦੱਸਾਂਗਾ, ਪੀਐਚਯੂ ਦਾ ਪੰਜਾਬ ਯੂਨੀਵਰਸਿਟੀ। ਅਤੇ ਚੱਲਦੇ ਹਾਂ, ਆਟੋ ਦੇਖਦੇ ਕੋਈ ਮਿਲਦਾ। ਔਰ ਅਗਰ ਆਪ ਕਭੀ ਲੁਧਿਆਣਾ ਆਏ ਤੋ ਮਤਲਬ ਜਗਰਾਉਂ ਪੁਲ ਹੈ, ਉੱਪਰ ਵਾਲਾ ਜਗਰਾਉਂ ਪੁਲ ਹੈ, ਜੇ ਉੱਪਰ ਜਗਰਾਉਂ ਪੁਲ ਹੈ ਅਦੇ ਸਾਲਿਦ ਆੜਤ ਰਮੂ ਹੈ। ਤੋ ਜਬ ਵੀ ਆਪ ਜੈਸੇ ਆਏ ਯੇ ਉੱਪਰ ਜਗਰਾਉਂ ਪੁਲ ਹੈ, ਐਂਡ ਫਿਰ ਉਸਕੇ ਬਾਅਦ ਆਪ ਇਸ ਸਾਈਡ ਆਪ ਯਹਾਂ ਦੇਖੀ ਦੇਖ ਲੈ, ਆਪ ਦੇਖਿਆ ਹੈ। ਅਰੇ ਮੈਂ ਬੋਲਦਾ ਰਹਾ, ਮੇਰੇ ਤਾਂ ਆ ਹੀ ਜਾਊਗਾ ਨਾ। ਹਾਂ ਬੋਲੋ, ਅਸੀਂ ਪਹੁੰਚ ਚੁੱਕੇ ਹਾਂ ਲੁਧਿਆਣਾ। ਹਾਂ ਦੱਸੋ, ਦੱਸ ਰਹੇ ਸੀ ਸਵਾਗਤ ਹੈ ਮੇਨ ਬਲੋਕ ਮੇ। ਆਪਾਂ ਹੁਣ ਆਟੋ ਦੇ ਰਹੇ ਪਰ ਆਟੋ ਵਾਲੇ ਮਿਲ ਨਹੀਂ ਰਿਹਾ ਕੋਈ, ਹੋਪਫੁਲੀ ਮਿਲੇਗਾ ਕੋਈ। ਸ਼ਕਲ ਦਿਖਾ। ਨਹੀਂ ਮੈਂ ਸ਼ਕਲ ਦਿਖਾ ਲਾਂਗਾ, ਮੈਂ ਜਨਤਾ ਦੱਸ ਰਿਹਾ ਕਿੱਦਾਂ ਦੀ ਲੁਧਿਆਣੇ ਜਨਤਾ ਕਿਵੇਂ ਦੀ ਹੈਗੀ ਹੈ। ਤੁਸੀਂ ਦੇਖ ਸਕਦੇ ਹੋ ਵੱਡੀ ਵੱਡੀ ਗੱਡੀਆਂ ਵੀ ਜਾ ਰਹੇ ਨੇ, ਆਟੋ ਵੀ ਹੈਗੇ ਨੇ ਬਾਈ। ਹਾਂਜੀ ਇੱਕ ਜਣੇ ਦੇ ਚਾਲੀ, ਦੇਖੋ ਇੱਕ ਜਣੇ ਇੰਨੀ ਲੂਟ ਮਚਾਈ ਹੋਈ ਹੈ ਇਹਨਾਂ ਨੇ, ਇੱਕ ਜਣੇ ਦੇ 40 ਯਾਰ ਕੌਣ ਲੈਂਦਾ ਆ। ਜਦੋਂ ਤੁਸੀਂ ਲੁਧਿਆਣਾ ਆਉਣਾ, ਪਹਿਲੀ ਗੱਲ ਜੇ ਯੂਨੀਵਰਸਿਟੀ ਜਾਣਾ ਤੁਸੀਂ ਸਿੱਧੇ ਰੈਪੀਡੋ ਕਰਨੀ ਹੈ, ਰੈਪੀਡੋ ਇੱਕ ਐਪ ਹੈਗੀ ਆ, ਤੁਸੀਂ ਜਾਓ। ਕੋਈ ਸਪੋਂਸਰ ਨਹੀਂ ਹੈਗਾ, ਮੈਂ ਕਰ ਰਿਹਾ ਸਪੋਂਸਰ ਨਹੀਂ ਪੁੱਛਿਆ, ਬਟ ਜਲਦੀ ਆ ਮੈਂ ਸਪੋਂਸਰਸ਼ਿਪ ਮਿਲੇਗੀ। ਓਏ ਵੀਡੀਓ ਤੇ ਆ ਰਹੀ ਹੈ ਨਾ, ਜਦੋਂ ਵੀ ਲੁਧਿਆਣਾ ਆਉਣਾ ਨਾ ਆਟੋ ਕਰਦੇ ਜਾਏ ਕੋਸ਼ਿਸ਼ ਕਰਨਾ ਕਿ ਰੈਪੀਡੋ ਕਰ ਲਈਏ, ਉਹ ਜ਼ਿਆਦਾ ਸਸਤੀ ਹੈਗੀ ਆ। ਜਿਵੇਂ ਓਲਾ ਉਬਰ ਹੈਗੀ ਉੱਦਾਂ ਹੀ ਰੈਪੀਡੋ ਹੈਗੀ ਆ, ਬਾਈਕ ਹੈਗੀ ਆ, ਆਰਾਮ ਨਾਲ ਤੁਸੀਂ ਯੂਨੀਵਰਸਿਟੀ ਪੁੱਛ ਸਕਦੇ ਹੋ। ਯੂਨੀਵਰਸਿਟੀ ਲੁੱਟ ਬਹੁਤ ਮਚਾਈ ਹੋਈ ਹੈ। ਵੈਸੇ ਲੁਧਿਆਣਾ ਕੋਈ ਇੰਡਸਟਰੀਅਲ ਏਰੀਆ ਵੀ ਕਿਹਾ ਜਾਂਦਾ ਹੈ, ਕਿਉਂਕਿ ਇਹ ਪੰਜਾਬ ਤੋਂ ਵਨ ਆਫ ਦਾ ਬਿਗੇਸਟ ਇੰਡਸਟਰੀਅਲ ਏਰੀਆ ਹੈ। ਤੋ ਅਗਰ ਆਪ ਕਭੀ ਆਓ ਤੋ ਯਹਾਂ ਪੇ ਇੰਡਸਟਰੀਜ਼ ਤੇ ਐਕਸਪਲੋਰ ਕਰ ਸਕਦੇ ਹੋ, ਕਾਫੀ ਬੜੀਆ ਬੜੀਆ ਇੰਡਸਟਰੀ ਹੈ ਯਹਾਂ ਪੇ। ਫਿਲਹਾਲ ਹਮ ਤੋ ਸੜਕ ਪੇ ਘੁੰਮ ਰਹੇ ਹੈਂ। ऑटो पकड़ते हुए वो जा रहा है, एक लड़का हमारा ही लड़का, वो तेरे रिजेक्शन मिल रही है, रिजेक्शन। मैंने सोचा आज से मैं गया भाई, मेरा मोबाइल लेके पहले अजय नवा ही ले आया, मॉडल मॉडल ये भी मॉडल, इन्हें नहीं पता गरीबों को जेड़े पार्टी वास्ते 200 रुपए लेके आंदे है, 200 ही आज मैं 300 लाया, 300 ਸਹੀ ਹੈ ਸਹੀ ਹੈ। ਯਾਰ ਲੈ ਲੈਂਦੇ ਯਾਰ, ਆਟੋ ਨਹੀਂ ਤਾਂ ਲਿਫਟ ਹੀ ਮੰਗ ਲੈਂਦੇ ਹਾਂ ਯਾਰ, ਕੀ ਪਤਾ ਕਿਤੇ ਹੋ ਸਕਦਾ ਯਾਰ।
तो अभी हमें ऑटो मिल चुका है, आप देख सकते हैं हम अभी ऑटो में बैठे हुए हैं। तो जल्दी हम यूनिवर्सिटी पहुंच जाएंगे, फिर आपको एक यूनिवर्सिटी का बढ़िया सा टूर देंगे हम। एंड सॉरी मतलब यहाँ पे थोड़ी शेकिंग वगैरह हो रही है, आप मतलब प्रोफेशनल सेटअप नहीं है हमारे पास। एंड एपी यहीं पे बैठा है, आप देख सकते हैं ये रहा है कि गेट नंबर 2 है, सीधे हम अंदर जावे। तो थोड़ी थोड़ी तुम हर एक चीज़ दसा कि चीज़ें आएंगी, कितने लाइब्रेरी हैगी है, कि कॉलेज है इतने, सारा कुछ दसा। आप जैसे ही एंटर करोगे आपको मतलब गेट नंबर 2 से एंटर करोगे, साथ में आपको नर्सरी दिखेगी। तो आप नर्सरी देख सकते हो, यहाँ पे नर्सरी है, मतलब आपको कभी भी कोई फ्लावर्स वगैरह या फिर कोई भी पेड़ वगैरह लेना हो तो आप यहाँ से ले सकते हो, ये नर्सरी है। और अभी हम एंटर करने जा रहे हैं, आप एंटर अगर आप PAU गेट नंबर 2 से एंटर करेंगे आप डायरेक्ट सीधा मतलब सीधी लाइन बनी है, बहुत साफ सुथरी है, आप एकदम सीधा मतलब सामने ग्राउंड आते हैं जहाँ पे बेसिकली हमारा क्या बोलते हैं उसको फंक्शन को क्या बोलते हैं, सॉरी बोल गया। अभी हम मतलब बहुत टाइम के बाद आए थे, बहुत देर बाद आए ना, साल हो गया हम ना, पता नहीं लग रहा कि केड़ी चीज किथे हैगी है। और मतलब इस यूनिवर्सिटी में आपको सबसे बेस्ट चीज बताता हूँ मैं, मतलब आपको सारी फैसिलिटीज मिलेंगी। जैसे हम आपको अभी मतलब हम जैसे अभी आपको दिखाएंगे कि मतलब यहाँ पे साइकिलिंग भी है, स्विमिंग भी है, एंड मतलब रनिंग ट्रैक सब कुछ है, मतलब एवरीथिंग मिलेगा आपको, सब कुछ मिलेगा यहाँ पे। एंड ICR ने इस साल इसको सेकंड नंबर पे प्लेस किया यूनिवर्सिटी को, पंजाब एग्रीकल्चर यूनिवर्सिटी को। हाँ तो मैं एक वीडियो और बनाई सी जी पूरे वर्ल्ड से अपनी यूनिवर्सिटी 200 यूनिवर्सिटी के बीच आती है, वर्ल्ड में मतलब पूरे वर्ल्ड में 200 यूनिवर्सिटी के बीच आती है यूनिवर्सिटी, तो करके बहुत बड़ी यूनिवर्सिटी है कि इन एग्रीकल्चर फील्ड मतलब दूसरी टेक्निकल फील्ड्स में मत ले लेना, इन एग्रीकल्चर फील्ड की बात कर रहे हैं आप, वो देख सकते हैं आपको मिल जाएगा आर्टिकल। मैं आई बटन आपको देता हूं, वहां पे क्लिक करके आप देख सकते हैं क्या प्रोसीजर होता है। आपको लाइब्रेरी दिखाएंगे, नेस्ट कैफे दिखाएंगे जहाँ पे काफी रौनक होती है। और दूसरी एक और चीज़ आप यहाँ पे साइड पे देख सकते हैं, ये क्या बोलते हैं एक और नर्सरी है, यहाँ पे बेसिकली सारे टाइप के प्लांट्स मिलते हैं आपको, सारे टाइप के, तो आप यहाँ से खरीद के भी लेके जा सकते हैं। मैं भी लेके गया था पिछली बार, बात तो गलत हो गया ना मेरी, सर ने 0 नंबर लाया है। जिम्मे दे सकते हो आप, बहुत बड़ी ग्राउंड है, तरह तरह के एग्जीबिशन लगते हैं, उत्थे यूथ फेस्ट होता साडा, काफ़ी सारे फंक्शन होंगे, बॉडी बिल्डिंग शोज भी होंगे, काफ़ी हस्तियाँ होती वड्डी वड्डी हस्तियाँ, जिमें लास्ट टाइम कैप्टन अमरिंदर सिंह भी आए थे यहाँ पे जब हमारा किसान मेला हुआ था। और वो जो पीछे आपको सिल्वर थी थिंग्स दिख रही है वो वहाँ पे हमारा बेसिकली यूथ फेस्ट होता है, अगर आप कभी आओ तो आप उसको अच्छी तरह एक्सप्लोर कर सकते हो। अब हम आपको प्लेग्राउंड्स वगैरह दिखाएंगे कि PAU में प्लेग्राउंड्स वगैरह कैसे हैं, और अनुभव दिखा दें, वो है DSW है अपना ऑफिस उधर, और स्विमिंग पूल है, कितने देखिए। अरे तू बोल बोल, तू बोलते जा बस, तू बोलते जा, हमने आपको गेट नंबर 2 से दिखाया, अगर आप गेट नंबर 1 से आओगे तो आपको सबसे पहले कम्युनिकेशन सेंटर दिखेगा, पर आप गेट नंबर 2 से अपनी शक्ल नहीं दिखाई। अरे नहीं मैं वो पीछे से बोल दूंगा, तो टेंशन मत ले, बोला पीछे आने के था बस, होनी है। अच्छा यार अपन क्यों आए, तो सही नहीं बोल बोल, बेसिकली अपन जेडे अपन यूनिवर्सिटी आए हैं पढ़ने वास्ते नहीं आए आज, हजे पढ़ाई तो हम वैसे भी नहीं करते। हाँ वो तो पता ही है हम नहीं करते पढ़ाई, बट कर लेते हैं जब पेपर होते हैं सब कर लेते हैं, ऐसे रेगुलर नहीं करते हम, ठीक है।
अभी हम यूनिवर्सिटी इसीलिए आए क्योंकि हमारे जो हॉस्टल है हॉस्टल ने नोटिस जारी किया कि आप अपना सारा सामान खाली कीजिए क्योंकि उन्होंने सैनिटाइज करवाना है। नेक्स्ट सेमेस्टर में न्यू बच्चे आएंगे तो उनको भी मतलब कि बच्चों को मतलब रूम्स वगैरह देना है। ये दूसरा ग्राउंड है, ठीक है, पहला ग्राउंड जो आगे जाके है और यहाँ पे वो भी है टेनिस वाला कोर्ट भी है वहाँ पे लास्ट में जाके, और दूसरी तरफ और मतलब अंदर इंटरनल जिम भी है, पीएयू की खुद की जिम भी है अंदर। हम जा नहीं सकते क्योंकि कोविड करके प्रिकॉशंस के करके वो बंद है अभी, वरना हम आपको वो भी दिखाते हैं। आप ताला देख सकते हैं, ताला लगा हुआ है यहाँ पे, ताला दिखा। हूँ असं पहुंच चुके हैं यूनिवर्सिटी के, तुम मैं दस दिन लाइब्रेरी है अपनी वाली महिंदर सिंह रंधावा लाइब्रेरी है। अंदर एक रीडिंग हॉल है जिसे 24 घंटे स्टडी कर सकते हैं। लाइब्रेरी जी टाइम लिमिटेड है, 9 बजे तक टाइम होता है, 9 बजे तो बाद लाइब्रेरी बंद हो जाती है। लाइब्रेरी तो दिखा, सड़क दिखा रहा है। हाँ वो मैं दस दूंगा, जो रीडिंग हॉल है वो 24 घंटे खुला होता, तुम आराम ना 24 घंटे भाई रात जिम्मे मर्जी पढ़ो पढ़ो तो नंबर लिया, सीपी वधिया होनी चाहिए, दस तो उत्ते होनी चाहिए है। हाँ बस दस तो होनी जिम्मे तुम तुम देख सकते हो। हूँ अभी अपना मेरा कॉलेज है अपना कॉलेज घंटे और ये हमारे फ्रेंड्स मिल चुके हैं, ये अभिषेक है, ये आर्यमन है, ये आर्यमन है और ये हर्षित है, ये एथलीट भाई, ये फुटबॉलर है और कम्मा। ओ आर्यमन, आर्यमन सर, ये आर्यमन सर है। आर्यमन प्लीज मास्क थोड़ा सा, मैं दस दें ये सारे बंदे जो है ना स्कॉलर बंदे हैं अभी हम जस्ट थोड़ी देर पहले ही मतलब अपने कॉलेज से बाहर निकले हैं। आप देख सकते हैं ये हमारा कॉलेज है, कॉलेज ऑफ एग्रीकल्चर इंजीनियरिंग एंड टेक्नोलॉजी। अभी आपको उल्टा दिख रहा होगा क्योंकि आप कैमरे से देख रहे हैं। तो अभी जस्ट हम हॉस्टल की तरफ जा रहे हैं, अब हम हॉस्टल की तरफ जाके जल्दी मतलब सामान वगैरह शिफ्ट करना है क्योंकि आपको पता ही है हमें बुलाया गया हॉस्टल वगैरह में। ये एपी है, आप इसको जानते हो, इसी का चैनल है। और ये अभिषेक है मेरे, चलो कहने पड़ रहे हूँ असं सीधे जा रहे तेरा नंबर हॉस्टल वाल SRF हॉस्टल, उतों पर समान चाके कितने कितने शिफ्ट करना है, जान के दिखा रखा है, जान के कितने रखेंगे रखेंगे। हर्षित आपने कहाँ रखवा लेते हैं हर्षित वाल दूर वाल ना पैसे गुम हो गए, पैसे कहते हैं गरीब लोग आन गए सीख दे नहीं मेरे को कुछ डेगे पैसे पैसे डेग गए ना हुआ जहां से लुधियाना तो उतो तक
ਅਸੀਂ ਉੱਥੋਂ ਕਰੋਸ ਕੀਤਾ ਅੰਦਰ ਨੂੰ ਪਰ ਯਾਰ ਸਾਡੇ ਸੱਚੀ ਗੱਲ ਸਾਡਾ ਨਹੀਂ ਪੰਜ ਬੰਦੇ ਹੈ ਅਰੇ ਮੈਨੇ ਤਾਂ ਉਹ ਸਭੀ ਭਾਈ ਹਮ ਤੇ ਮਜ਼ਾਕ ਕਰ ਰਹੇ ਹਾਂ ਇਤਨਾ ਬੜੀਆ ਇੰਟਰੋਡਕਸ਼ਨ ਨਹੀਂ ਦੀ ਹਮਨੇ ਆਪਣੀ ਯਾਰ ਇੰਟਰੋਡਕਸ਼ਨ ਮਿਕਸ ਹੋ ਜਾਂਦੀ ਯਾਰ ਉੱਥੇ ਵੀ ਕਿਤੇ ਕਲੋਸ ਉਹ ਕੀ ਸੜਕਾਂ ਤੇ ਲੱਗਦੇ ਭਰਾਵਾ ਹਾਂ ਇਹ ਵੀ ਸੁੱਕ ਜਾਂਦਾ ਵੇਖਣੀ ਪਤਾ ਨਹੀਂ ਕਰਨ ਦੇ ਸੁਣ ਇੱਕ ਹੋਰ ਬੋ ਬਣਾ ਲੈਣਾ ਹਾਂ ਮੈਂ ਕਦੋਂ ਟ੍ਰਾਈਪੋਡ ਯਹਾਂ ਰੱਖਿਆ ਮੈਂ ਚਾਰ ਚੀਜ਼ਾਂ ਕਰਦਾ ਇੱਕ ਇਹ ਬਣਾ ਲੈ ਚਾਰੋਂ ਦੇ ਸਾਥ ਯਾਰ ਇੱਕ ਆਪਣਾ ਫੋਨ ਰੱਖ ਯਾਰ ਤੂੰ ਇੱਕ ਤੋਂ ਵੀ ਰੱਖ ਮੈਂ ਦੋ ਦੇ ਤਿੰਨ ਫੋਨ ਕਿਤੇ ਕਰਾਂ ਯਾਰ ਇਹ ਹੈਗਾ ਆਪਣਾ 3 ਨੰਬਰ ਹੋਸਟਲ ਇਹ ਵੈਟਰਨਰੀ ਵਾਲਾ ਗੜਵਾਸੂ ਦਾ ਹੋਸਪਿਟਲ ਹੈਗਾ ਹੋਸਪਿਟਲ ਕਹਿੰਦਾ ਗੜਵਾਸੂ ਦਾ ਹੋਸਟਲ ਹੈਗਾ ਦੇਖ ਸਕਦੇ ਬਹੁਤ ਵਧੀਆ ਹੋਸਟਲ ਹੈਗੇ ਨੇ ਅੰਦਰ ਮੈਸ ਹੈਗੀ ਆ ਜਿੰਮ ਵੀ ਹੈਗੀ ਇੱਥੇ 3 ਨੰਬਰ ਹੋਸਟਲ 'ਚ ਜਿੰਮ ਵੀ ਹੈਗੀ ਆ ਵਲੋਗ ਦੀ ਤਿਆਰੀ ਕਰਨ ਦਾ ਕਿੱਦਾਂ ਕਰ ਰਹੇ ਨੇ ਵੀ ਚੰਗੀ ਤਰ੍ਹਾਂ ਹੋਣਾ ਚਾਹੀਦਾ ਹਿੱਟ ਹੋਣਾ ਚਾਹੀਦਾ ਵਲੋਗ 100 ਲਾਈਕ ਤਾਂ ਆਉਣੇ ਚਾਹੀਦੇ ਆ 100 ਲਾਈਕ ਕਰਦੇ ਯਾਰ ਇੰਨੇ ਕੰਜੂਸ ਤੁਸੀਂ 100 ਲਾਈਕ ਨਹੀਂ ਕਰ ਸਕਦੇ ਫਿਰ ਆਪਣੇ ਆਪਣੇ ਹੋਸਟਲ ਮਿਲਣਗੇ ਤੁਹਾਨੂੰ ਅਸੀਂ ਉੱਧਰੋਂ ਆਏ ਹਾਂ ਆਪਣਾ ਉਹ ਪਿੱਛੋਂ ਆਇਆ ਵੀ ਆਪਣਾ ਕਾਲਜ ਉੱਧਰ ਸੀਗਾ ਇਹ ਸਿੱਧੀ ਰੋਡ ਜਾਂਦੀ ਹੈ ਇਹ ਸਾਡਾ ਉਹ ਲੱਗਦਾ ਜੀ ਇੱਕ ਸੈਕਿੰਡ ਯਾਰ ਇਹ ਸਿੱਧੀ ਰੋਡ ਆਉਂਦੀ ਹੈ ਤੁਸੀਂ ਦੇਖ ਲਓ ਸਿੱਧੀ ਰੋਡ ਆ ਕੇ ਇੱਧਰੋਂ ਅਸੀਂ ਰਾਈਟ ਹੋ ਜਾਣਾ ਅਤੇ ਅੱਗੇ ਜਾ ਕੇ ਆ ਜਾਣਾ ਆਪਣਾ ਹੋਸਟਲ ਨੰਬਰ 13 ਹੁਣ ਇਹ ਰਸਤੇ ਲਿਖਾਵਾਂ ਕੁਆਟਰ 'ਚ ਆਏ ਇਹ ਵਿੱਚ ਸਾਰੇ ਹੋਸਟਲ ਹੀ ਨੇ ਤੁਸੀਂ ਦੇਖ ਲਓ ਪਿੱਛੇ ਸੀਗਾ 3 ਨੰਬਰ ਇਹ ਹੈਗਾ 8 ਨੰਬਰ ਤੂੰ ਵੀ ਤਾਂ ਟੋਟਲ 15 ਹੋਸਟਲ ਮੈਂ ਇਹੋ ਦੇ ਰਿਹਾ ਯਾਰ ਟੋਟਲ 15 ਹੋਸਟਲ ਹੈ ਮਾਰਾ ਹੈ ਹੋਸਟਲ ਨੰਬਰ 13 ਵੋ ਯਹਾਂ ਸੇ ਥੋੜਾ ਸਾ ਦੂਰ ਹੈ ਅਬ ਇਹ ਦਿਖਾ ਦੇ ਇਧਰ ਦੇ ਐਂਡ ਇਹ ਯਹਾਂ ਪੇ ਜਨਰਲੀ ਪ੍ਰੋਜੈਕਟ ਵਰਕਸ ਹੋਤੇ ਹੈ ਮਤਲਬ ਗ੍ਰੀਨ ਹਾਊਸ ਗੈਸਿਸ ਵਗੈਰਾ ਉਹ ਸਭ ਕੇ ਲਿਏ ਵੋ ਲਗੇ ਹੋਏ ਹੈ ਨੀ ਫਲਾਵਰਸ ਲਗੇ ਹੋਏ ਹੈ ਫਲੋਰੀ ਕਲਚਰ ਹੋ ਰਹਾ ਹੈ ਯਹਾਂ ਪੇ ਆਪ ਦੇਖ ਸਕਤੇ ਹੋ ਮਤਲਬ ਹਰ ਟਾਈਪ ਕਾ ਕਲਚਰ ਆਪਕੋ ਮਿਲ ਜਾਏਗਾ ਇਹ ਵਾਲੀ ਬੇਸਟ ਮਾਂਦਰ ਆਇਆ ਹੋ ਗਿਆ ਔਰ ਯਹਾਂ ਪੇ ਇਹ ਵੀ ਪਤਾ ਨਹੀਂ ਕਿਉਂ ਇਹ ਵੀ ਕਿਉਂ ਹੱਸ ਰਹੇ ਹੋ ਆਪ ਇਹ BTS ਬਾਤ ਕਰ ਰਹੇ ਆ ਗੱਲ ਸੁਣ ਇੱਧਰ ਆਓ ਹੋਸਟਲ ਸ਼ਿਫਟ ਕਰਨਾ ਯਾਰ ਨੂੰ ਪਤਾ ਲੱਗਣਾ ਕੀ ਕਰੀਏ ਦੱਸੋ ਪਹਿਲੇ ਬਈ ਬਈ ਜਾ ਯਾਰ ਚੱਲ ਨਾ ਖਾ ਖੁ ਲੈਣੇ ਮੈਨੂੰ ਭੁੱਖ ਲੱਗੀ ਮਾਰਵਿਨ ਟਿਕਾਉਣਾ ਅਰੇ ਚੱਲ ਤਾਂ ਸਹੀ ਇੱਧਰ ਕਿਉਂ ਜਾਏ ਨੇ ਫਿਰ ਅਸੀਂ ਜਾਂ ਮੈਸ 'ਚ ਪੜੋ ਕਿਤੇ ਮੈਸ ਵਾਲੇ ਨੂੰ ਬੋਲਣ ਲੈ ਆਪਣਾ ਪੈਸੇ ਲਿਆ ਰੋਟੀ ਦਾ ਨੈਸਕੈਫੇ ਜਾਂਦੇ ਨੇ ਨੈਸਕੈਫੇ ਨਾਲੇ ਇਹਨਾਂ ਨੂੰ ਬਾਈ ਰੁਕ ਤਾਂ ਸਹੀ ਅਭੀ ਹੋਸਟਲ ਤੋਂ ਚੱਲੇ ਇੱਕ ਵਾਰ ਮੇਰੀ ਸ਼ਕਲ ਤੋਂ ਦਿਖਾ ਦੇ ਦੇਖੋ ਟਿਕਟੋਕ ਬਣਾ ਰਹੇ ਨੇ ਕੁੜੀਆਂ ਡਰ ਕੇ ਭੱਜ ਗਈਆਂ ਇਹਨਾਂ ਕੋਲ ਕੁੜੀਆਂ ਡਰ ਕੇ ਭੱਜ ਗਈਆਂ ਇੰਨੇ ਖਤਰਨਾਕ ਚਿਹਰੇ ਲੈ ਕੇ ਆ ਰਹੇ ਨੇ ਇੰਨੇ ਖਤਰਨਾਕ ਚਿਹਰੇ ਕੁੜੀਆਂ ਪੈ ਰਹੀਆਂ ਦੇਖੋ ਮੇਰਾ ਫੋਨ ਟੁੱਟ ਗਿਆ